ਅੱਜ ਕਨੇਡਾ ਦੀ ਹਾਲਤ ਵੀ ਪੰਜਾਹ ਵਰਗੀ ਹੋਈ ਐ ਮੈਂ ਤਾਂ ਇਹ ਕਹਿਣਾ ਹੁਣ ਜਸਟਿਨ ਟਰੂਡੋ ਜਦੋਂ ਪੰਜਾਬ ਆਏ ਮੈਂ ਵੀ ਬੜਾ ਸਵਾਗਤ ਕੀਤਾ ਕਿ ਦੇਖੋ ਜੀ ਇੱਕ ਬੜਾ ਸਾਡਾ ਹਰਮਨ ਪਿਆਰਾ ਪ੍ਰਧਾਨ ਮੰਤਰੀ ਪੰਜਾਬ ਆਇਆ ਜਿਆ ਵੀ ਲੋਕ ਐ ਖੁਸ਼ੀ ਵੀ ਜਿੰਮੇ ਜਸਟਿਨ ਟਰੂਡੋ ਸਾਡੇ ਟੱਬਰ ਦਾ ਮੈਂਬਰ ਹੀ ਹੁੰਦਾ ਹਰ ਕੋਈ ਜਸਟਿਨ ਟਰੂਡੋ ਨੂੰ ਵਿਆਹ ਤੇ ਬੁਲਾਉਣ ਨੂੰ ਫਿਰਦਾ ਸੀ ਕਿਉਂਕਿ ਉਹ ਭੰਗੜਾ ਬਹੁਤ ਵਧੀਆ ਪਾਉਂਦੇ ਉੱਤੇ ਪੰਜਾਬ ਤੋਂ ਸਾਡੇ ਬੱਚੇ ਚਿੱਟੇ ਤੋਂ ਡਰ ਕੇ ਕੈਨੇਡਾ ਗਏ ਸੀ ਵੀ ਇੱਥੇ ਚਿੱਟੇ ਤੋਂ ਵੱਜ ਜਾਣਗੇ ਆ ਲੈ ਚਿੱਟਾ ਕੈਨੇਡਾ ਵੀ ਤੁਰਿਆ ਫਿਰਦਾ ਚਿੱਟਾ ਵੀ ਤੁਰਿਆ ਫਿਰਦਾ ਉੱਥੇ ਤਾਂ ਕਹਿੰਦੇ ਹੋਰ ਵੀ ਬੜਾ ਕੁਝ ਤੁਰਿਆ ਫਿਰਦਾ ਨਸ਼ੇ ਕਈ ਤਰ੍ਹਾਂ ਦੇ ਜਸਟਿਨ ਟਰੂਡੋ ਪੰਜਾਬ ਦੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਨਾਲ ਤਾਂ ਕੈਨੇਡਾ ਦੀ ਆਰਥਿਕਤਾ ਚਲਾ ਰਹੀ ਜਸਟਿਨ ਟਰੂਡੋ ਹਰਦੀਪ ਸਿੰਘ ਨਿਗਰ ਨਿਗਰ ਦੀ ਜਾਨ ਨਹੀਂ ਸੇਵ ਕਰ ਸਕੇ ਜੂਨ ਤੋਂ ਲੈ ਕੇ ਹੁਣ ਤੱਕ ਜਸਟਿਨ ਟਰੂਡੋ ਦੀ ਸਰਕਾਰ ਇਨਵੈਸਟੀਗੇਸ਼ਨ ਹੀ ਨਹੀਂ ਕਰ ਸਕੀ ਤੇ ਸ਼ੱਕ ਉਹ ਸਾਡੇ ਤੇ ਲਾ ਰਹੇ ਨੇ ਭਾਰਤ ਤੇ ਸ਼ੱਕ ਖੜੇ ਕਰ ਰਹੇ ਨੇ ਪੰਜਾਬ ਦੀ ਸਿਆਸਤ ਨੂੰ ਕਲੀਅਰ ਲਾਈਨ ਲੈਣੀ ਪੈਣੀ ਹੈ ਕਿਉਂਕਿ ਜਸਟਿਨ ਟਰੂਡੋ ਦਾ ਮੁੱਦਾ ਇਹ ਕੈਨੇਡਾ ਵਾਲਾ ਮੁੱਦਾ ਹੀ ਪੰਜਾਬ ਦੀਆਂ 2024 ਦੀਆਂ ਚੋਣਾਂ 'ਚ ਵੀ ਬਹੁਤ ਵੱਡਾ ਮੁੱਦਾ ਰਹਿਣਾ ਹੈ ਭਾਰਤ ਕੈਨੇਡਾ ਵਿਵਾਦ ਦੇ ਵਿਚਾਲੇ ਪੰਜਾਬ ਦੀ ਸਿਆਸਤ ਦੇ ਉੱਤੇ ਇਸ ਦਾ ਬਹੁਤ ਵੱਡਾ ਪ੍ਰਭਾਵ ਪਣਦਾ ਜਾ ਰਿਹਾ ਹੈ ਕਿਉਂਕਿ ਭਾਰਤ ਕੈਨੇਡਾ ਵਿਵਾਦ ਤੋਂ ਬਾਅਦ ਜੋ ਟਿੱਪਣੀਆਂ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਲੱਗੀਆਂ ਨੇ ਉਹਨਾਂ ਟਿੱਪਣੀਆਂ ਦਾ ਆਧਾਰ ਜਦੋਂ ਸਮਝਦੇ ਆ ਤਾਂ ਉਸ ਦਾ ਆਧਾਰ ਬਹੁਤ ਵੱਡਾ ਨਿਕਲਦਾ ਹੈ ਅਕਾਲੀ ਦਲ ਦੇ ਵੱਲੋਂ ਖਾਸ ਤੌਰ ਦੇ ਉੱਤੇ ਟਿੱਪਣੀ ਜਦੋਂ ਇਹ ਸਾਰੇ ਮਸਲੇ ਤੇ ਦਿੱਤੀ ਗਈ ਰਲਿਆ ਮਿਲਮਾ ਤੁਲਮਾ ਜਿਹਾ ਬਿਆਨ ਜਦੋਂ ਸੁਖਵੀਰ ਸਿੰਘ ਬਾਦਲ ਹੋਣਾ ਦਾ ਆਉਂਦਾ ਹੈ ਤਾਂ ਜਦੋਂ ਇਸ ਤੇ ਸਿਆਸੀ ਮਾਇਨੇ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਮਾਇਨੇ ਬਹੁਤ ਡੂੰਘੇ ਜਾਂਦੇ ਨੇ ਇਸ ਦੇ ਦਰਮਿਆਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਹੋਣਾ ਦਾ ਬਿਆਨ ਬਹੁਤ ਚਰਚਾਵਾ ਦੇ ਵਿੱਚ ਰਹਿੰਦਾ ਹੈ ਪਰ ਅਕਾਲੀ ਦਲ ਦਾ ਬਿਆਨ ਉਸ ਤੋਂ ਥੋੜਾ ਵੱਖਰਾ ਤੇ ਨਲਮਾ ਮਿਲਮਜ ਜਦੋਂ ਆਉਂਦਾ ਤਾਂ ਇਸ ਨੂੰ ਲੈ ਕੇ ਸਵਾਲ ਖੜੇ ਹੋਣੇ ਸੁਭਾਬਕ ਨੇ ਕਿ ਕਿਤੇ ਨਾ ਕਿਤੇ ਜਿਸ ਤੂਏ ਦੇ ਉੱਠਣ ਦੀ ਗੱਲ ਵਿਰੋਧੀ ਕਰਦੇ ਨੇ ਉਸ ਦੀ ਚੰਗਿਆੜੀ ਬਲ ਚੁੱਕੀ ਹੈ ਤੇ ਉਹ ਕੁਝ ਹੀ ਸਮੇਂ ਦੇ ਵਿੱਚ ਲੋਕਾਂ ਸਾਹਮਣੇ ਇਕੱਠੇ ਹੋ ਕੇ ਇੱਕ ਅੱਗ ਦਾ ਰੂਪ ਧਾਰਨ ਕਰਕੇ ਲੋਕਾਂ ਸਾਹਮਣੇ ਉਹ ਗੱਠ ਚੋੜ ਦੇ ਰੂਪ ਦੇ ਵਿੱਚ ਵੀ ਆ ਸਕਦਾ ਹੈ ਸਾਡੇ ਨਾਲ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਮੌਜੂਦ ਨੇ ਡੱਲਾ ਸਾਹਿਬ ਕੈਨੇਡਾ ਭਾਰਤ ਵਿਵਾਦ ਬਹੁਤ ਚਰਚਾਵਾਂ ਦੇ ਵਿੱਚ ਹੈ ਇਸ ਸਾਰੀਆਂ ਚਰਚਾਵਾਂ ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਾਬ ਦਾ ਜੋ ਬਿਆਨ ਹੈ ਉਹ ਬਿਆਨ ਤੁਸੀਂ ਵੀ ਸੁਣਿਆ ਅਸੀਂ ਵੀ ਸੁਣਿਆ ਬਹੁਤ ਤੁਲਮਾ ਜਿਹਾ ਬਿਆਨ ਆਇਆ ਨਾ ਉਹ ਕੈਨੇਡਾ ਵੱਲ ਦਾ ਸੀ ਤੇ ਨਾ ਉਹ ਭਾਰਤ ਵੱਲ ਦਾ ਸੀ ਵਿਚਾਲਾ ਜਿਹਾ ਰੱਖ ਕੇ ਚੱਲੇ ਨੇ ਪਹਿਲੇ ਤੁਸੀਂ ਬਿਆਨ ਨੂੰ ਕਿਦਾਂ ਵੇਖਦੇ ਹੋ ਦੇਖੋ ਸੁਖਵੀਰ ਬਾਦਲ ਦੇ ਬਿਆਨ ਤੋਂ ਪਹਿਲਾਂ ਕੈਨੇਡਾ ਨਾਲ ਜਿਹੜਾ ਸਾਡਾ ਵਿਵਾਦ ਸ਼ੁਰੂ ਹੋਇਆ ਹੈ ਇਹ ਤਾਂ ਵੀ ਛੋਟਾ ਜਿਹਾ ਜ਼ਿਕਰ ਕਰਤਾ ਜਸਟਿਨ ਟਰੂਡੋ ਹੁਣਾਂ ਨੇ ਦੇਸ਼ ਦੀ ਪਾਰਲੀਮੈਂਟ 'ਚ ਖੜੇ ਹੋ ਕੇ ਇਲਜ਼ਾਮ ਲਾਇਆ ਕਿ ਹਰਦੀਪ ਸਿੰਘ ਨਿੱਜਰ ਦੇ ਮਰਡਰ ਪਿੱਛੇ ਇੰਡੀਅਨ ਸਰਕਾਰ ਨਾਲ ਜੁੜੇ ਏਜੰਟਸ ਦਾ ਸ਼ੱਕ ਹੈ ਉਹਨਾਂ ਨੇ ਸ਼ੱਕ ਪ੍ਰਗਟ ਕੀਤਾ ਪਹਿਲਾਂ ਤਾਂ ਅਸੀਂ ਇਹ ਸਮਝੀਏ ਸੋ ਜਸਟਿਨ ਟਰੂਡੋ ਦੇ ਸ਼ੱਕ ਤੇ ਪੂਰੇ ਦੁਨੀਆ ਦੇ ਵਿੱਚ ਇਸ ਵਕਤ ਸਿਆਸਤ ਸ਼ੁਰੂ ਹੋਗੀ ਔਰ ਜਸਟਿਨ ਟਰੂਡੋ ਨੇ ਸ਼ੱਕ ਪ੍ਰਗਟ ਕੀਤਾ ਤੇ ਸੁਖਬੀਰ ਸਿੰਘ ਬਾਦਲ ਹੁਣਾਂ ਨੇ ਜਿਹੜੀ ਗੱਲ ਕੀਤੀ ਆ ਉਹਦੇ ਤੇ ਮੈਂ ਉਹਨਾਂ ਪਰ ਜਸਟਿਨ ਟਰੂਡੋ ਦੇ ਸਿੱਖਤ ਤੋਂ ਬਾਅਦ ਦਬਾਅ ਜਸਟਿਨ ਟਰੂਡੋ ਤੇ ਵੀ ਆ ਗਿਆ ਕਿ ਤੁਸੀਂ ਸਿਰਫ ਸ਼ੱਕ ਦੇ ਆਧਾਰ ਤੇ ਇੱਕ ਮੁਲਕ ਤੇ ਸਵਾਲ ਕਿਵੇਂ ਚੱਕਿਆ ਹੁਣ ਦੁਨੀਆ ਭਰ ਦੇ ਵਿੱਚ ਜਿਹੜੇ ਲੋਕ ਨੇ ਉਹ ਜਸਟਿਨ ਟਰੂਡੋ ਤੋਂ ਸਬੂਤ ਮੰਗ ਰਹੇ ਨੇ ਹੁਣ ਜਸਟਿਨ ਟਰੂਡੋ ਤੋਂ ਸਬੂਤ ਮੰਗੇ ਜਾ ਰਹੇ ਨੇ ਇਹ ਇੱਕ ਪਾਸਾ ਹੈ ਕੈਨੇਡਾ ਦੇ ਵਿੱਚ ਜਿਹੜੇ ਵਿਰੋਧੀ ਧਿਰ ਦੇ ਲੀਡਰ ਨੇ ਉਹ ਵੀ ਜਸਟਿਨ ਟਰੂਡੋ ਤੋਂ ਸਬੂਤ ਮੰਗ ਰਹੇ ਨੇ ਹੁਣ ਪਹਿਲਾਂ ਤਾਂ ਜਸਟਿਨ ਟਰੂਡੋ ਸਾਹਿਬ ਨੂੰ ਸਬੂਤ ਦੇਣੇ ਪੈਣਗੇ ਗੱਲ ਤਾਂ ਅੱਗੇ ਤੁਰਨੀ ਹੈ ਕਿਉਂਕਿ ਅਗਰ 15-20 ਦਿਨ ਮਹੀਨਾ 2 ਮਹੀਨੇ ਦੇ ਵਿੱਚ ਜਸਟਿਨ ਟਰੂਡੋ ਸਾਹਿਬ ਸਬੂਤ ਨਾ ਦੇ ਸਕੇ ਤੇ ਫਿਰ ਗੱਲ ਜਸਟਿਨ ਟਰੂਡੋ ਸਾਹਿਬ ਲਈ ਇਹ ਪੁੱਠੀ ਵੀ ਪੈ ਸਕਦੀ ਹੈ ਉਹ ਚੋਣਾਂ 2025 ਦੀਆਂ ਹਾਰ ਵੀ ਸਕਦੇ ਨੇ ਮੈਨੂੰ ਲੱਗਦਾ ਜਸਟਿਨ ਟਰੂਡੋ ਦੀ ਨੇ ਜਿਹੜਾ ਇਹ ਇਹ ਗੱਲ ਕੀਤੀ ਹੈ ਉਹ ਵੀ ਕਿਤੇ ਨਾ ਕਿਤੇ ਸਿਆਸਤ ਨਾਲ ਪ੍ਰੇਰਿਤ ਉਹਨਾਂ ਦਾ ਬਿਆਨ ਮੈਨੂੰ ਲੱਗਦਾ ਹੈ ਇਹ ਪਹਿਲੀ ਗੱਲ ਹੈ ਹੁਣ ਦੂਜੀ ਗੱਲ ਹੈ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਬੜਾ ਨਪਿਆ ਤੁਲਿਆ ਬਿਆਨ ਦਿੱਤਾ ਉਹ ਕਹਿੰਦੇ ਵੀ ਦੋਹਾਂ ਮੁਲਕਾਂ ਨੂੰ ਮਿਲ ਜੁਲ ਕੇ ਮਸਲਾ ਨਿਬੇੜ ਲੈਣਾ ਚਾਹੀਦਾ ਦਖਲ ਦੇਣਾ ਚਾਹੀਦਾ ਸਾਡੀ ਸਰਕਾਰ ਨੂੰ ਵੀ ਇਹ ਤਾਂ ਹਰ ਕੋਈ ਕਹਿੰਦਾ ਸੁਖਬੀਰ ਬਾਦਲ ਇੱਕ ਰਿਸਪੋਨਸੀਬਲ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ ਕਹਿਣਾ ਇਹ ਚਾਹੀਦਾ ਹੈ ਵੀ ਕੀ ਉਹ ਜਸਟਿਨ ਟਿਊਡੋ ਦੇ ਬਿਆਨ ਨਾਲ ਸਹਿਮਤ ਨੇ ਜਾਂ ਸਹਿਮਤ ਨਹੀਂ ਹੁਣ ਮੇਰਾ ਵਿਊ ਪੁਆਇੰਟ ਬੜਾ ਕਲੀਅਰ ਹੈ ਕਿ ਮੈਂ ਜਸਟਿਨ ਟਰੂਡੋ ਦੇ ਬਿਆਨ ਨਾਲ ਅਸਹਿਮਤ ਹਾਂ ਜਸਟਿਨ ਟਰੂਡੋ ਸਬੂਤ ਰੱਖ ਦੇ ਤੇ ਫਿਰ ਮੈਂ ਉਸ ਸਬੂਤਾਂ ਦੇ ਹਿਸਾਬ ਨਾਲ ਆਪਣਾ ਵਿਚਾਰ ਬਣਾਉਣਾ ਸੀ ਹੁਣ ਸੁਖਵੀਰ ਸਿੰਘ ਬਾਦਲ ਨੇ ਇਹ ਤਾਂ ਹਰ ਕੋਈ ਕਹਿੰਦਾ ਇਹ ਤਾਂ ਅਸੀਂ ਵੀ ਕਹਿੰਨੇ ਆ ਕਿ ਕੈਨੇਡਾ ਨਾਲ ਸਾਡੇ ਕਿੱਡੇ ਚੰਗੇ ਸਬੰਧ ਨੇ ਸਾਡੇ ਕਿੰਨੇ ਬੱਚੇ ਕੈਨੇਡਾ ਪੜਨ ਜਾਂਦੇ ਨੇ ਕਿੰਨੇ ਸਾਡੇ ਪੰਜਾਬੀ ਦੇਸ਼ ਭਗਤ ਸਾਰੇ ਕੈਨੇਡਾ ਚ ਨੇ ਕੈਨੇਡਾ ਦੀ ਤਰੱਕੀ ਚ ਸਾਡੇ ਪੰਜਾਬੀਆਂ ਦਾ ਕਿਹੜਾ ਯੋਗਦਾਨ ਮੈਂ ਸਲੂਟ ਕਰਦਾ ਸਾਰੇ ਸਾਡੇ ਐਨਆਰਆਈਸ ਨੂੰ ਉਹਨਾਂ ਨੇ ਕੈਨੇਡਾ ਜਾ ਕੇ ਨਾ ਸਿਰਫ ਪੰਜਾਬ ਲਈ ਯੋਗਦਾਨ ਪਾਇਆ ਕੈਨੇਡਾ ਦੀ ਤਰੱਕੀ 'ਚ ਵੀ ਏਡਾ ਵੱਡਾ ਯੋਗਦਾਨ ਪਾਇਆ ਸੋ ਕੈਨੇਡਾ ਹੁਣ ਜਸਟਿਨ ਟਰੂਡੋ ਜਦੋਂ ਪੰਜਾਬ ਆਏ ਮੈਂ ਵੀ ਬੜਾ ਸਵਾਗਤ ਕੀਤਾ ਕਿ ਦੇਖੋ ਜੀ ਇੱਕ ਬੜਾ ਸਾਡਾ ਹਰਮਨ ਪਿਆਰਾ ਪ੍ਰਧਾਨ ਮੰਤਰੀ ਪੰਜਾਬ ਆਇਆ ਤੇ ਪੰਜਾਬੀ ਲੋਕ ਐ ਖੁਸ਼ੀ ਵੀ ਜਿਵੇਂ ਜਸਟਿਨ ਟਰੂਡੋ ਸਾਡੇ ਟੱਬਰ ਦਾ ਮੈਂਬਰ ਹੀ ਹੁੰਦਾ ਹਰ ਕੋਈ ਜਸਟਿਨ ਟਰੂਡੋ ਨੂੰ ਵਿਆਹ ਤੇ ਬੁਲਾਉਣ ਨੂੰ ਫਿਰਦਾ ਸੀ ਕਿਉਂਕਿ ਉਹ ਭੰਗੜਾ ਬਹੁਤ ਵਧੀਆ ਪਾਉਂਦੇ ਉੱਥੇ ਹੁਣ ਇਨ੍ਹਾਂ ਹਾਲਾਤਾਂ 'ਚ ਜਸਟਿਨ ਟਰੂਡੋ ਸਾਹਿਬ ਨੇ ਸ਼ੱਕ ਦੇ ਆਧਾਰ ਤੇ ਜਿਹੜੀ ਗੱਲ ਕੀਤੀ ਹੈ ਪੰਜਾਬ ਦੀ ਸਿਆਸਤ ਨੂੰ ਕਲੀਅਰ ਲਾਈਨ ਲੈਣੀ ਪੈਣੀ ਹੈ ਕਿਉਂਕਿ ਜਸਟਿਨ ਟਰੂਡੋ ਦਾ ਮੁੱਦਾ ਇਹ ਕੈਨੇਡਾ ਵਾਲਾ ਮੁੱਦਾ ਇਹ ਪੰਜਾਬ ਦੀਆਂ 2024 ਦੀਆਂ ਚੋਣਾਂ 'ਚ ਵੀ ਬਹੁਤ ਵੱਡਾ ਮੁੱਦਾ ਰਹਿਣਾ ਹੈ ਹੋਰ ਮੁੱਦੇ ਜਿਵੇਂ ਮਰਜ਼ੀ ਰਹਿਣ ਇਹ ਮੁੱਦਾ ਬਰਕਰਾਰ ਰਹੇਗਾ ਪੰਜਾਬ ਦੇ ਵਿੱਚ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਦਾ ਜਿਹੜਾ ਤੁਸੀਂ ਖਾਸ ਤੌਰ ਤੇ ਮੈਨੂੰ ਪੁੱਛਿਆ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਨਾ ਤਾਂ ਇਹ ਕਿਹਾ ਕਿ ਜਸਟਿਨ ਟਰੂਡੋ ਸਾਹਿਬ ਸਮੂਤ ਰੱਖੋ ਉਹ ਸੁਖਵੀਰ ਬਾਦਲ ਸਾਹਿਬ ਕਹਿ ਰਹੇ ਨੇ ਕਿ ਮਿਲ ਜੁਲ ਕੇ ਮਸਲਾ ਨਿਬੇੜਨਾ ਚਾਹੀਦਾ ਉਹ ਤਾਂ ਹਰ ਕੋਈ ਕਹਿੰਦਾ ਹੁਣ ਇਹ ਕਿਉਂ ਕਿਹਾ ਸੁਖਵੀਰ ਬਾਦਲ ਨੇ ਕਿਉਂਕਿ ਸੁਖਵੀਰ ਬਾਦਲ ਮੈਨੂੰ ਲੱਗਦਾ ਹੈ ਅਗਰ ਤਾਂ ਇਹ ਕਹਿੰਦੇ ਕਿ ਜਸਟਿਨ ਟੁਡੋ ਸਾਹਿਬ ਸਬੂਤ ਦਿਓ ਤੇ ਫਿਰ ਸੁਖਵੀਰ ਬਾਦਲ ਹੁਣਾਂ ਨੂੰ ਇਹ ਲੱਗਣਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਰਾਏ ਵੱਖਰੀ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬੜੇ ਸਤਕਾਰਯੋਗ ਹੈ ਉਹ ਵੀ ਭਾਰਤ ਦੀ ਸਰਕਾਰ ਤੋਂ ਸਫਾਈ ਮੰਗ ਰਹੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਕਹਿਣਾ ਚਾਹੀਦਾ ਸੀ ਮੈਨੂੰ ਲੱਗਦਾ ਮੈਂ ਤਾਂ ਬੜਾ ਛੋਟਾ ਉਹ ਤਾਂ ਬਹੁਤ ਮਹਾਨ ਸਖੀਤ ਨੇ ਉਹਨਾਂ ਨੂੰ ਇਹ ਕਹਿਣਾ ਚਾਹੀਦਾ ਸੀ ਵੀ ਜਸਟਿਨ ਟੂਡੋ ਸਾਹਿਬ ਤੁਸੀਂ ਸ਼ੱਕ ਪ੍ਰਗਟ ਕਰ ਰਹੇ ਹੋ ਸਬੂਤ ਕੋਈ ਹੈ ਤਾਂ ਉਹਨੂੰ ਸਰਵਜਨਿਕ ਕਰੋ ਕੋਈ ਸਬੂਤ ਬਾਹਰ ਆਵੇ ਤੇ ਗੱਲ ਅੱਗੇ ਤੁਰੇ ਹੁਣ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣੇ ਆਪ ਨੂੰ ਪੋਲਿਟਿਕਲ ਤੌਰ ਤੇ ਥੋੜਾ ਜਾ ਨਰਮ ਰੱਖਿਆ ਕਿਉਂ ਕਿਉਂਕਿ ਅਗਰ ਉਹ ਸਿੱਧੇ ਤੌਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗੱਲ ਅੱਗੇ ਵਧਾਉਂਦੇ ਤੇ ਭਾਰਤ ਸਰਕਾਰ ਨੂੰ ਕਹਿੰਦੇ ਵੀ ਤੁਸੀਂ ਇਹਦੇ ਤੇ ਸਫਾਈ ਪੇਸ਼ ਕਰੋ ਤੇ ਫਿਰ ਕਿੱਥੇ ਗਠਬੰਧਨ ਹੋਣਾ ਸੀ ਮੈਨੂੰ ਲੱਗਦਾ ਹੁਣ ਅਕਾਲੀ ਦਲ ਦੀ ਬੜੀ ਦੁਚਿੱਤੀ ਵਾਲੀ ਸਥਿਤੀ ਹੈ ਜੇ ਤਾਂ ਜੇ ਤਾਂ ਉਹ ਭਾਜਪਾ ਤੋਂ ਖੁੱਲ ਕੇ ਜਵਾਬ ਮੰਗਦੇ ਨੇ ਵੀ ਤੁਸੀਂ ਸਫਾਈ ਪੇਸ਼ ਕਰੋ ਜੀ ਮਤਲਬ ਜੇ ਤਾਂ ਸੁਖਵੀਰ ਬਾਦਲ ਜਸਟਿਨ ਟਰੂਡੋ ਦੇ ਬਿਆਨ ਨੂੰ ਮੰਨਦੇ ਹੈ ਫਿਰ ਬੀਜੇਪੀ ਨਾਲ ਸਮਝੌਤੇ ਦੀ ਦਿੱਕਤ ਆਉਂਦੀ ਹੈ ਤੇ ਜੇ ਬੀਜੇਪੀ ਦੇ ਨਾਲ ਚੱਲਦੇ ਨੇ ਤੇ ਫਿਰ ਜਸਟਿਨ ਟੁਡੋ ਸਾਹਿਬ ਦੇ ਬਿਆਨ ਤੋਂ ਬਾਅਦ ਕਲੀਅਰ ਲਾਈਨ ਸੁਖਵੀਰ ਬਾਦਲ ਨੂੰ ਲੈਣੀ ਪੈਣੀ ਹੈ ਮਤਲਬ ਸੁਖਵੀਰ ਬਾਦਲ ਨੂੰ ਵੀ ਫਿਰ ਅਗਰ ਬੀਜੇਪੀ ਦੇ ਨਾਲ ਚੱਲਦੇ ਨੇ ਤੇ ਬੀਜੇਪੀ ਵਾਲੀ ਗੱਲ ਮੰਨਣੀ ਪੈਣੀ ਹੈ ਕਿਉਂਕਿ ਬੀਜੇਪੀ ਕਹਿ ਰਹੀ ਹੈ ਕਿ ਸਾਡਾ ਰੋਲ ਹੀ ਕੋਈ ਨਹੀਂ ਭਾਰਤ ਸਰਕਾਰ ਨੇ ਤਾਂ ਸਾਫ਼ ਕਹਿਤਾ ਉਹ ਕਹਿੰਦੇ ਇਹ ਸਿਆਸਤ ਤੋਂ ਪ੍ਰੇਰਿਤ ਹੈ ਹੁਣ ਜਾਂ ਤਾਂ ਸੁਖਵੀਰ ਬਾਦਲ ਇਹ ਕਹਿਣ ਵੀ ਜਸਟਿਨ ਟਰੂਡੋ ਸਾਹਿਬ ਦਾ ਬਿਆਨ ਸਿਆਸਤ ਤੋਂ ਪ੍ਰੇਰਿਤ ਹੈ ਉਹ ਵੀ ਨਹੀਂ ਉਹ ਕਹਿ ਰਹੇ ਇਹਦਾ ਮਤਲਬ ਹੈ ਮੈਂ ਜੋ ਇਹਦਾ ਸਿਆਸੀ ਮਤਲਬ ਕਰਦਾ ਕਿ ਸੁਖਬੀਰ ਬਾਦਲ ਨੇ ਬੋਚ-ਬੋਚ ਕੇ ਪੈਰ ਰੱਖਿਆ ਕਿ ਜੇ ਕੱਲ ਨੂੰ ਭਾਜਪਾ ਨਾਲ ਸਮਝੌਤਾ ਹੁੰਦਾ ਵੀ ਹੋਇਆ ਕਿਤੇ ਉਹਦੇ 'ਚ ਕੋਈ ਰੁਕਾਵਟ ਨਾ ਆਵੇ ਤੇ ਜੇ ਭਾਜਪਾ ਨਾਲ ਸਮਝੌਤਾ ਹੋ ਹੀ ਗਿਆ ਤੇ ਫਿਰ ਉਹਨਾਂ ਨੇ ਕਲੀਅਰ ਸਟੈਂਡ ਲੈ ਲੈਣਾ ਬਾਕੀ ਮੈਨੂੰ ਇਹ ਲੱਗਦਾ ਹੈ ਕਿ ਅਗਲੇ 5 10 15 ਦਿਨਾਂ 'ਚ ਜਸਟਿਨ ਟਰੂਡੋ ਦੀ ਸਰਕਾਰ ਨੇ ਕਮੇਟੀ ਬਣਾਈ ਉਸ ਕਮੇਟੀ ਨੂੰ ਜਿਹੜੇ ਜਗਮੀਤ ਸਿੰਘ ਨੇ ਐਨਡੀਪੀ ਦੇ ਜਿਹੜੇ ਉਥੇ ਪ੍ਰਧਾਨ ਨੇ ਉਹਨਾਂ ਨੇ ਉਸ ਕਮੇਟੀ ਨੂੰ ਵੀ ਚਿੱਠੀ ਲਿਖੀ ਆ ਵੀ ਇਹਨੂੰ ਇਨਵੈਸਟੀਗੇਟ ਕਰੋ ਮਾਮਲੇ ਨੂੰ ਇਹਦਾ ਮਤਲਬ ਹੈ ਜੂਨ ਦੇ ਵਿੱਚ ਹਰਦੀਪ ਸਿੰਘ ਨੱਜਰ ਹੋਣਾ ਦਾ ਉਥੇ ਦੁਨੀਆ ਤੋਂ ਉਹ ਚਲੇ ਗਏ ਬੜੀ ਮੰਦਭਾਗੀ ਘਟਨਾ ਨਹੀਂ ਕਿਸੇ ਨੂੰ ਇਸ ਤਰੀਕੇ ਨਾਲ ਨਹੀਂ ਜਾਣਾ ਚਾਹੀਦਾ ਸੀ ਸਾਡਾ ਸਿੱਧੂ ਮੂਸੇਵਾਲਾ ਚਲਿਆ ਗਿਆ ਉਹ ਵੀ ਨਹੀਂ ਸੀ ਜਾਣਾ ਚਾਹੀਦਾ ਹੁਣ ਤੁਸੀਂ ਦੇਖੋ ਕੈਨੇਡਾ ਦਾ ਹਾਈ ਕਮਿਸ਼ਨਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਆਏ ਸੀ ਉਹ ਭਰੋਸਾ ਦਿੱਤਾ ਕਿ ਕਹਿੰਦੇ ਜਿਹੜੇ ਸਿੱਧੂ ਮੂਸੇ ਵਾਲੇ ਦੇ ਮਾਮਲੇ 'ਚ ਲੋਕ ਲੜੀਂਦੇ ਨੇ ਅਸੀਂ ਜਲਦ ਤੋਂ ਜਲਦ ਦਵਾਂਗੇ ਤੁਸੀਂ ਦੇਖ ਲਓ ਜਸਟਿਨ ਟਰੂਡੋ ਸਾਹਿਬ ਦੀ ਸਰਕਾਰ ਦੀ ਕਾਰਗੁਜ਼ਾਰੀ ਜਸਟਿਨ ਟਰੂਡੋ ਸਾਹਿਬ ਕਹਿੰਦੇ ਕਿ ਅਸੀਂ ਸਾਡਾ ਸਿਟੀਜ਼ਨ ਇੱਕ ਗਿਆ ਤੇ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰ ਜਸਟਿਨ ਟਰੂਡੋ ਹਰਦੀਪ ਸਿੰਘ ਨਿੱਜਰ ਨੂੰ ਬਚਾ ਨਹੀਂ ਸਕੇ ਇਹਦਾ ਮਤਲਬ ਹੈ ਅਸੀਂ ਪੰਜਾਬ 'ਚ ਤਾਂ ਕਹਿ ਦਿੰਨੇ ਆ ਕਿ ਲਾਂਡ ਆਰਡਰ ਬੜਾ ਖਰਾਬ ਹੈ ਜੀ ਸਿੱਧੂ ਮੂਸੇ ਵਾਲਾ ਸ਼ਰਿਆਮੂਦੇ ਤੇ ਹਮਲਾ ਹੋ ਗਿਆ ਤੇ ਕੈਨੇਡਾ ਦਾ ਲਾਂਡ ਆਰਡਰ ਦੇਖ ਲਓ ਫਿਰ ਅੱਜ ਕੈਨੇਡਾ ਦੀ ਹਾਲਤ ਵੀ ਪੰਜਾਹ ਵਰਗੀ ਹੋਈ ਐ ਮੈਂ ਤਾਂ ਇਹ ਕਹਿਣਾ ਆਰਥਿਕ ਪੱਖੋਂ ਵੀ ਡਾਵਾ ਡੋਲਾ ਕੈਨੇਡਾ ਜਸਟਿਨ ਟਰੂਡੋ ਪੰਜਾਬ ਦੇ ਵਿਦਿਆਰਥੀਆਂ ਦੀਆਂ ਫੀਸਾਂ ਦੇ ਨਾਲ ਤਾਂ ਕੈਨੇਡਾ ਦੀ ਆਰਥਿਕਤਾ ਚਲਾ ਰਹੇ ਨੇ ਔਰ ਮੈਂ ਤਾਂ ਕਹਿਣਾ ਸਾਡੇ ਪੰਜਾਬ ਦੇ ਸਟੂਡੈਂਟਸ ਜਾਂ ਪੰਜਾਬੀਆਂ ਦੀ ਬਹਾਦਰੀ ਐ ਅਸੀਂ 65-65 ਰੁਪਏ ਦੇ ਉਹਨਾਂ ਦਾ 1 ਡਾਲਰ ਖਰੀਦ ਰਹੇ ਹਾਂ ਅਸੀਂ 1 ਡਾਲਰ ਨੂੰ 65 ਰੁਪਏ ਖਰਚ ਕੇ ਖਰੀਦ ਰਹੇ ਹਾਂ ਔਰ ਪੜ ਰਹੇ ਹਾਂ ਸਾਡੇ ਵਿਦਿਆਰਥੀ ਦੇਖੋ ਪੜ ਰਹੇ ਨੇ ਕੰਮ ਵੀ ਕਰਦੇ ਨੇ ਜਿਵੇਂ ਮੈਂ ਪਹਿਲਾਂ ਕਿਹਾ ਗੱਲਾਂ ਦੋਨੇ ਪਾਸੇ ਦੀਆਂ ਨੇ ਜੇ ਕੈਨੇਡਾ ਸਾਡੇ ਵਿਦਿਆਰਥੀਆਂ ਨੂੰ ਬੁਲਾ ਰਿਹਾ ਤੇ ਕੈਨੇਡਾ ਨੂੰ ਲੋੜ ਹੈ ਕੈਨੇਡਾ ਦੀ ਆਰਥਿਕਤਾ ਨਹੀਂ ਚੱਲ ਰਹੀ ਉਹਨਾਂ ਨੂੰ ਨੌਜਵਾਨਾਂ ਦੀ ਲੋੜ ਹੈ ਔਰ ਪੰਜਾਬੀਆਂ ਨਾਲੋਂ ਤਕੜੇ ਕੰਮ ਕਰਨ ਵਾਲੇ ਨੌਜਵਾਨ ਦੇਸ਼ ਭਗਤ ਲੋਕ ਮਿਲਦੇ ਆ ਕਿਤੇ ਪਰ ਜਸਟਿਨ ਟਰੂਡੋ ਹਰਦੀਪ ਸਿੰਘ ਨਿਗਰ ਨਿਜਰ ਦੀ ਜਾਨ ਨਹੀਂ ਸੇਵ ਕਰ ਸਕੇ ਜੂਨ ਤੋਂ ਲੈ ਕੇ ਹੁਣ ਤੱਕ ਜਸਟਿਨ ਟਰੂਡੋ ਦੀ ਸਰਕਾਰ ਇਨਵੈਸਟੀਗੇਸ਼ਨ ਨਹੀਂ ਕਰ ਸਕੀ ਤੇ ਸ਼ੱਕ ਉਹ ਸਾਡੇ ਤੇ ਲਾ ਰਹੇ ਨੇ ਭਾਰਤ ਤੇ ਸ਼ੱਕ ਖੜੇ ਕਰ ਰਹੇ ਨੇ ਸੋ ਜਸਟਿਨ ਟਰੂਡੋ ਨੂੰ ਸਬੂਤਾਂ ਦੇ ਨਾਲ ਅੱਗੇ ਆਉਣਾ ਚਾਹੀਦਾ ਸੀ ਔਰ ਇਹ ਮੁੱਦਾ ਆਉਂਦੇ ਦਿਨਾਂ ਦੇ ਵਿੱਚ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਮੁੱਦਾ ਵੱਡਾ ਬਣਨਾ ਹੈ ਅਗਰ ਜਸਟਿਨ ਟਰੂਡੋ ਸਬੂਤ ਨਾ ਦੇ ਸਕੇ ਅਗਰ ਜਸਟਿਨ ਟਰੂਡੋ ਸਬੂਤ ਨਾ ਦੇ ਸਕੇ ਤੇ ਜਿੰਨੀ ਹਰਮਨ ਪਿਆਰਤਾ ਜਸਟਿਨ ਟਰੂਡੋ ਦੀ ਸੀ ਪੰਜਾਬ 'ਚ ਉਹ ਮਿੱਟੀ ਹੋ ਜਾਣੀ ਔਰ ਮੈਨੂੰ ਸਪਸ਼ਟ ਤੌਰ ਤੇ ਲੱਗਦਾ ਹੈ ਕਿ ਆਉਂਦੇ ਸਮੇਂ 'ਚ ਜਸਟਿਨ ਟਰੂਡੋ ਨੂੰ ਸਖਤ ਫੈਸਲੇ ਲੈਣੇ ਪੈਣਗੇ ਜਿਹੜੇ ਲੋਕ ਜਸਟਿਨ ਟਰੂਡੋ ਨੂੰ ਵਰਤ ਰਹੇ ਨੇ ਪੋਲਿਟਿਕਲ ਤੌਰ ਤੇ ਜਸਟਿਨ ਟਰੂਡੋ ਨੂੰ ਅਵੇਅਰ ਹੋਣਾ ਪਊਗਾ ਹੋਰ ਮੈਚੂਰ ਹੋਣਾ ਪਊਗਾ ਪੋਲਿਟਿਕਸ ਦੇ ਤੌਰ ਤੇ ਨਹੀਂ ਤਾਂ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਨੇ ਜਿਹੜੇ ਉਹ ਵਿਗੜ ਸਕਦੇ ਨੇ ਅਗਰ ਇਹ ਦੋਨਾਂ ਦੇਸ਼ਾਂ ਦੇ ਰਿਸ਼ਤੇ ਵਿਗੜਦੇ ਨੇ ਉਹਦੇ ਨਾਲ ਕੈਨੇਡਾ ਦਾ ਵੀ ਨੁਕਸਾਨ ਹੈ ਭਾਰਤ ਦਾ ਵੀ ਨੁਕਸਾਨ ਹੈ ਸੋ ਰਿਸ਼ਤੇ ਚੰਗੇ ਹੋਣੇ ਚਾਹੀਦੇ ਨੇ ਪਰ ਜਿਹੜੇ ਸਾਡੇ ਮੁਲਕਾਂ ਦੇ ਪ੍ਰਧਾਨ ਮੰਤਰੀ ਨੇ ਜਿਹੜੇ ਉਹ ਆਖਰੀ ਟਿੱਪਣੀ ਕਰਦੇ ਨੇ ਨਾ ਪਾਰਲੀਮੈਂਟ 'ਚ ਉਹ ਬਹੁਤ ਨਬੀਤਲੀ ਹੋਣੀ ਚਾਹੀਦੀ ਆ ਸੋਚ ਸਮਝ ਕੇ ਹੋਣੀ ਚਾਹੀਦੀ ਆ ਹੁਣ ਅਗਲੇ ਦਿਨ ਮੈਂ ਬਿਆਨ ਸੁਣ ਰਿਹਾ ਸੀ ਟਰੂਡੋ ਸਾਹਿਬ ਦਾ ਗਗਨ ਜੀ ਟਰੂਡੋ ਸਾਹਿਬ ਕਹਿੰਦੇ ਕਿ ਅਸੀਂ ਭਾਰਤ ਨੂੰ ਅਫੈਂਡ ਨਹੀਂ ਸੀ ਕਰਨਾ ਚਾਹੁੰਦੇ ਇਹਦਾ ਮਤਲਬ ਹੈ ਤੁਸੀਂ ਪਾਰਲੀਮੈਂਟ 'ਚ ਜਿਹੜਾ ਸ਼ੱਕ ਪ੍ਰਗਟ ਕਰ ਰਹੇ ਹੋ ਤੁਹਾਡੇ ਕੋਲੇ ਸਬੂਤ ਹੀ ਹੈ ਨਹੀਂ ਔਰ ਦੁਨੀਆ ਭਰ ਦੇ ਵਿੱਚ ਜਸਟਿਨ ਟਰੂਡੋ ਤੋਂ ਹੁਣ ਆਉਂਦੇ ਸਮੇਂ 'ਚ ਲੋਕ ਸਵਾਲ ਕਰਨਗੇ ਗਗਨ ਜੀ ਕਿ ਟਰੂਡੋ ਸਾਹਿਬ ਸਬੂਤ ਲਿਆਓ ਔਰ ਭਾਰਤ ਸਰਕਾਰ ਨੇ ਸਪਸ਼ਟ ਕਿਹਾ ਕਿ ਤੁਸੀਂ ਲਿਆਓ ਸਬੂਤ ਸਾਬਤ ਕਰੋ ਔਰ ਹੁਣ ਜਸਟਿਨ ਟੂਡੋ ਨੂੰ ਸਬੂਤ ਦੇਣੇ ਪੈਣੇ ਆ ਤਾਂ ਇਹ ਗੱਲ ਅੱਗੇ ਤੁਰਨੀ ਹੈ ਨਹੀਂ ਤਾਂ ਨਹੀਂ ਤਾਂ ਕੈਨੇਡਾ ਦੀ ਆਰਥਿਕ ਸਥਿਤੀ ਵੀ ਇਹਦੇ ਨਾਲ ਭਵਿੱਖ 'ਚ ਡਾਵਾ ਡੋਲ ਹੋਏਗੀ ਕਿਉਂਕਿ ਬਹੁਤ ਸਾਰੇ ਜਿਹੜੇ ਮੁਲਕ ਨੇ ਸਾਡੇ ਬੱਚੇ ਕੈਨੇਡਾ ਪੜਨ ਜਾਂਦੇ ਨੇ ਸਾਡੇ ਬੱਚਿਆਂ ਤੇ ਇਹਦਾ ਬਹੁਤ ਅਸਰ ਮਾੜਾ ਪੈਂਦਾ ਤੁਸੀਂ ਦੇਖੋ ਆਏ ਦਿਨ ਆਏ ਦਿਨ ਕੈਨੇਡਾ ਦੇ ਵਿੱਚ ਕਿਤੇ ਨਾ ਕਿਤੇ ਗੋਲੀਬਾਰੀ ਹੋ ਜਾਂਦੀ ਆਏ ਦਿਨ ਕੈਨੇਡਾ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਫਾਇਰਿੰਗ ਦੀ ਖਬਰ ਆ ਜਾਂਦੀ ਹੈ ਔਰ ਨਸ਼ਾ ਦੇਖ ਲਓ ਕੈਨੇਡਾ ਦੇ ਵਿੱਚ ਕਿੰਨਾ ਜ਼ਿਆਦਾ ਹੋ ਗਿਆ ਅਸੀਂ ਪੰਜਾਬ ਤੋਂ ਸਾਡੇ ਬੱਚੇ ਚਿੱਟੇ ਤੋਂ ਡਰ ਕੇ ਕੈਨੇਡਾ ਗਏ ਸੀ ਵੀ ਅੱਥੇ ਚਿੱਟੇ ਤੋਂ ਵੱਜ ਜਾਣਗੇ ਆ ਲੈ ਚਿੱਟਾ ਕੈਨੇਡਾ ਵੀ ਤੁਰਿਆ ਫਿਰਦਾ ਚਿੱਟਾ ਵੀ ਤੁਰਿਆ ਫਿਰਦਾ ਉੱਥੇ ਤਾਂ ਕਹਿੰਦੇ ਹੋਰ ਵੀ ਬੜਾ ਕੁਝ ਤੁਰਿਆ ਫਿਰਦਾ ਨਸ਼ੇ ਕਈ ਤਰ੍ਹਾਂ ਦੇ ਸੋ ਇਸ ਕਰਕੇ ਕੈਨੇਡਾ ਨੂੰ ਸੋਚ ਸਮਝ ਕੇ ਆਪਣੀ ਆਪਣੀ ਸਰਕਾਰ ਦੇ ਫੈਸਲੇ ਲੈਣੇ ਚਾਹੀਦੇ ਨੇ ਕਿਉਂਕਿ ਹੁਣ ਭਾਰਤ ਦੀ ਆਰਥਿਕਤਾ ਤਕੜੀ ਹੋ ਰਹੀ ਹੈ ਪੰਜਾਬੀ ਸਿਰਫ ਕੈਨੇਡਾ ਨਹੀਂ ਜਾਂਦੇ ਸਾਰੇ ਮੁਲਕਾਂ 'ਚ ਜਾਂਦੇ ਆ ਇਸ ਕਰਕੇ ਕੰਪੀਟੀਸ਼ਨ ਦਾ ਯੋਗ ਹੈ ਸੋ ਜਸਟਿਨ ਟਰੂਡੋ ਅਗਰ ਟਰਾਂਸਪੇਰੈਂਟ ਰਹਿਣਗੇ ਤਾਂ ਭਵਿੱਖ 'ਚ ਸਾਡੇ ਰਿਸ਼ਤੇ ਵਧੀਆ ਹੋਣਗੇ ਅਗਰ ਜਸਟਿਨ ਟਰੂਡੋ ਸਬੂਤ ਨਾ ਦੇ ਪਾਏ ਤੇ ਜਸਟਿਨ ਟਰੂਡੋ 'ਚ ਭਾਰਤ ਤੋਂ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੀ ਘਟੇਗੀ ਇਹ ਮੈਨੂੰ ਲੱਗਦਾ ਮੈਨੂੰ ਸ਼ੱਕ ਆਏ ਹਮਮ ਡਾਲਾ ਸਾਹਿਬ ਇਸ ਦੇ ਨਾਲ ਜਿਹੜੀ ਗੱਲ ਮੈਂ ਸ਼ੁਰੂਆਤ 'ਚ ਆਪਾਂ ਕੀਤੀ ਸੀ ਕਿ ਜਿਹੜੀ ਗੱਟਚੂੜ ਦੀ ਗੱਲ ਸੀ ਲੱਗਦਾ ਕਿ ਉਹਦੇ ਤੇ ਵੀ ਹੁਣ ਮੋਹਰ ਲੱਗ ਜੇਗੀ ਥੋੜੇ ਸਮੇਂ 'ਚ ਕਿਉਂਕਿ ਚਰਚਾ 'ਮਾ ਬਹੁਤ ਨਹੀਂ ਕਿ ਅਕਾਲੀ ਦਲ ਤੇ ਭਾਜਪਾ ਸੁਭਾ ਬਿਕ ਤੌਰ ਤੇ ਕਿ ਗੜਚੜ ਕਰਨਗੇ ਪਰ ਜਿਸ ਤਰ੍ਹਾਂ ਦੇ ਨਾਲ ਸੁਖਵੀਰ ਬਾਦਲ ਅਤੇ ਵਿਕਰਮ ਜੀਠੀਆ ਉਹਨਾਂ ਦਾ ਬਿਆਨ ਇਸ ਦੇ ਵਿੱਚ ਰਿਹਾ ਕਿ ਉਹ ਬੀਜੇਪੀ ਦੇ ਖਿਲਾਫ ਵੀ ਜਾਣਾ ਨਹੀਂ ਚਾਹ ਰਹੇ ਤੇ ਅਕਾਲ ਤਖਤ ਸਾਹਿਬ ਦੇ ਜੋ ਜਹਦਾਰ ਉਹਨਾਂ ਦੇ ਖਿਲਾਫ ਵੀ ਨਹੀਂ ਜਾਣਾ ਚਾਹ ਰਹੇ ਸੋ ਇਸ ਤੋਂ ਲੱਗਦਾ ਕਿ ਕਿਤੇ ਨਾ ਕਿਤੇ ਉਹ ਨੇੜ ਤਾਂ ਹੋਰ ਨੇੜੇ ਹੁੰਦੇ ਹੁੰਦੇ ਆ ਜਿਹੜਾ ਕੁਰਸੀ ਦੇ ਵਿੱਚ ਥੋੜਾ ਬਹੁਤਾ ਵਕਬਾ ਸੀ ਉਹ ਵੀ ਥੋੜੇ ਸਮੇਂ ਦੇ ਵਿੱਚ ਖਤਮ ਕਰ ਜਾਣਗੇ ਦੇਖੋ ਸੁਖਵੀਰ ਬਾਦਲ ਉਹਨਾਂ ਨੇ ਭਾਰਤ ਸਰਕਾਰ ਤੇ ਸਵਾਲ ਨਹੀਂ ਚੱਕਿਆ ਨਾ ਸੁਖਵੀਰ ਬਾਦਲ ਨੇ ਚੱਕਿਆ ਨਾ ਵਿਕਰਮ ਜੀਠੀਆ ਨੇ ਚੱਕਿਆ ਇਹਦਾ ਮਤਲਬ ਹੈ ਨਾ ਉਹਨਾਂ ਨੇ ਜਸਟਨ ਟਰੂਡੋ ਤੇ ਚੱਕਿਆ ਵੀ ਤੁਸੀਂ ਸਬੂਤ ਤਾਂ ਪੇਸ਼ ਨਹੀਂ ਕੀਤੇ ਇਹਦਾ ਮਤਲਬ ਹੈ ਸੁਖਬੀਰ ਬਾਦਲ ਬਿਕਰਮਜੀਠੀਆ ਰ ਅਕਾਲੀ ਦਲ ਕਿਤਨਾ ਕਿਤੇ ਗੱਲ ਮਹਿਸੂਸ ਕਰਦਾ ਹੈ ਕਿ ਸਾਡਾ ਭਵਿੱਖ ਚ ਗਠਜੋੜ ਹੋ ਸਕਦਾ ਗਗਨਦੀਪ ਜੀ ਮੈਂ 2-3 ਮਹੀਨੇ ਪਹਿਲਾਂ ਹੀ ਕਿਹਾ ਸੀ ਕਿ ਅਕਾਲੀ ਦਲ ਔਰ ਭਾਜਪਾ ਅਗਰ ਪੰਜਾਬ ਚ ਗਠਜੋੜ ਨਹੀਂ ਕਰਨਗੇ ਤੇ ਦੋਵਾਂ ਦੀ ਇੱਕ ਇੱਕ ਸੀਟ ਆਉਣੀ ਵੀ ਔਖੀ ਆ ਮੈਨੂੰ ਲੱਗਦਾ ਹੈ ਅਗਰ ਅਕਾਲੀ ਦਲ ਔਰ ਭਾਜਪਾ ਗਠਜੋੜ ਨਹੀਂ ਕਰਦਾ ਮੈਨੂੰ ਲੱਗਦਾ ਦੋਵਾਂ ਦੀ ਇੱਕ ਇੱਕ ਸੀਟ ਆਉਣੀ ਵੀ ਔਖੀ ਹੈ ਅੱਜ ਦੇ ਸਮੇਂ 'ਚ ਨਾ ਬੀਜੇਪੀ ਜਿੱਤ ਸਕੇ ਤੁਸੀਂ ਦੇਖੋ ਜਦੋਂ ਦਾ ਅਮਰਸਰ ਤੋਂ ਨਵਜੋਤ ਸਿੰਘ ਸਿੱਧੂ ਉਹਨਾਂ ਨੇ ਬੀਜੇਪੀ ਛੱਡੀ ਉਸ ਤੋਂ ਬਾਅਦ ਅੱਜ ਤੱਕ ਬੀਜੇਪੀ ਜਿੱਤ ਨਹੀਂ ਸਕੀ ਅਮਰਸਰ ਤੋਂ ਔਰ ਜਿੰਨਾ ਚੰਗਾ ਕੰਮ ਸਨੀ ਦੇਵ ਨੇ ਗੁਰਦਾਸਪੁਰ 'ਚ ਕਰਤਾ ਮੈਨੂੰ ਲੱਗਦਾ 15 ਸਾਲ ਹੋਰ ਨਹੀਂ ਬੀਜੇਪੀ ਉੱਥੋਂ ਜਿੱਤਦੀ ਤੇ ਸੀਟ ਇੱਕ ਬਚੀ ਹੁਸ਼ਿਆਰਪੁਰ ਦੀ ਤੇ ਬੀਜੇਪੀ ਕੋਲੇ ਦੂਜੀਆਂ ਸੀਟਾਂ ਤੇ ਕੈਂਡੀਡੇਟ ਹੈ ਨਹੀਂ ਪਰ ਸੁਨੀਲ ਜਾਖੜ ਸਾਹਿਬ ਜਿਹੜੀ ਸੂਚੀ ਲੈ ਕੇ ਆਏ ਨੇ ਉਹਦੇ ਨਾਲ ਜਿਹੜੇ ਬੀਜੇਪੀ ਦੇ ਟਕਸਾਲੀ ਨੇ ਉਹ ਵੀ ਨਾਰਾਜ਼ ਨੇ ਸੋ ਜਦੋਂ ਤੁਸੀਂ ਬੀਜੇਪੀ ਦਾ ਕਾਂਗਰਸੀਕਰਨ ਕਰਦੇ ਹੋਗੇ ਤੇ ਫਿਰ ਪੰਜਾਬ ਚ ਬੀਜੇਪੀ ਕਿੱਥੇ ਖੜੀ ਕਿਸਾਨਾਂ ਦੇ ਨਾਲ ਬੀਜੇਪੀ ਦਾ ਹਲੇ ਤੱਕ ਜਿਹਨੂੰ ਕਹਿੰਦੇ ਨੇ ਪੇਚਾ ਲੋਟ ਨਹੀਂ ਆਇਆ ਹਜੇ ਤੱਕ ਬੀਜੇਪੀ ਦਾ ਮਨ ਨਹੀਂ ਰਲਿਆ ਕਿਸਾਨਾਂ ਨਾਲ ਕਿਸਾਨਾਂ ਦਾ ਬੀਜੇਪੀ ਨਾਲ ਨਹੀਂ ਰਲਿਆ ਸੋ ਅਕਾਲੀ ਦਲ ਔਰ ਬੀਜੇਪੀ ਅਗਰ ਗਠਜੰਬੰਦਨ ਹੋ ਜਾਂਦਾ ਹੈ ਇਹ ਮੁਕਾਬਲੇ ਦੀ ਸਿਟੀ ਕੋ ਪੰਜਾਬ ਚ ਕੁਝ ਸੀਟਾਂ ਤੇ ਬਣ ਸਕਦੀ ਆ ਦੇਖੋ ਅਕਾਲੀ ਦਲ ਦਾ ਜਿਹੜਾ ਟ੍ਰੈਡੀਸ਼ਨਲ ਵੋਟ ਬੈਂਕ ਹੈ ਪ੍ਰਾਣਾ ਕਾਡਰ ਹੈ ਉਹ ਹੈਗਾ ਉਹ ਨਕਾਰ ਨਹੀਂ ਸਕਦੀ ਬੀਜੇਪੀ ਕੋਲੇ ਕੁਝ ਸ਼ਹਿਰੀ ਕਾਡਰ ਹੈ ਲੇਕਿਨ ਬੀਜੇਪੀ ਨੇ ਜਦੋਂ ਕਾਂਗਰਸ ਦੇ ਲੀਡਰ ਲਿਆ ਕੇ ਕਈ ਲੀਡਰ ਉਹ ਜਿਨ੍ਹਾਂ ਤੇ ਕਰਪਸ਼ਨ ਦੇ ਇਲਜ਼ਾਮ ਨੇ ਉਹਨਾਂ ਨੂੰ ਅੱਗੇ ਕਰਤਾ ਮੁਕੰਮਲ ਤੌਰ ਤੇ ਬੀਜੇਪੀ ਦੇ ਜਿਹੜੇ ਟਕਸਾਲੀ ਲੀਡਰ ਨੇ ਜਿਹੜੇ ਕਾਲੇ ਦੌਰ ਕਾਲੇ ਦੌਰ ਸਮੇਂ ਇਕਤਾ ਖੰਡਤਾਲੀ ਲੜਦੇ ਰੇ ਵੀ ਭਾਈ ਆਪਾਂ ਪੰਜਾਬ ਚ ਭਾਈਚਾਰਾ ਬਣਾ ਕੇ ਰੱਖਣਾ ਹੈ ਜਿਨ੍ਹਾਂ ਨੇ ਆਪਣੀਆਂ ਜ਼ਿੰਦਗੀਆਂ ਬੀਜੇਪੀ ਦੀ ਤਰੱਕੀ ਲਈ ਲਾਤੀਆਂ ਬੀਜੇਪੀ ਦੀ ਇਸ ਸੂਚੀ ਚ ਉਹ ਲੀਡਰ ਪਿੱਛੇ ਪੈਂਦੇ ਮੈਨੂੰ ਨਜ਼ਰ ਆਈ ਔਰ ਬੀਜੇਪੀ ਦਾ ਕਾਡਰ ਇਸ ਵਕਤ ਬਹੁਤ ਜ਼ਿਆਦਾ ਸੰਤੁਸ਼ਟ ਨਹੀਂ ਪੰਜਾਬ ਚ ਇਸ ਕਰਕੇ ਮੈਨੂੰ ਲੱਗਦਾ ਹੈ ਹੋਰ 15-20 ਦਿਨ ਮਹੀਨੇ ਤੱਕ ਬੀਜੇਪੀ ਨੂੰ ਆਪ ਹੀ ਲੋਡ ਪੈਣੀ ਪੰਜਾਬ ਚ ਵੀ ਭਾਈ ਅਸੀਂ ਇਕੱਲੇ ਨਹੀਂ ਲੜ ਸਕਦੇ ਇਸ ਕਰਕੇ ਅਕਾਲੀ ਦਲ ਔਰ ਬੀਜੇਪੀ ਦੇ ਗਠਜੋੜ ਦੀ ਮੈਨੂੰ ਸੰਭਾਵਨਾ ਲੱਗਦੀ ਹੈ ਔਰ ਅਕਾਲੀ ਦਲ ਔਰ ਭਾਜਪਾ ਦਾ ਗਠਜੋੜ ਅਗਰ ਹੋ ਜਾਂਦਾ ਉਹਦਾ ਸੁਖਬੀਰ ਬਾਦਲ ਨੂੰ ਵੀ ਫਾਇਦਾ ਹੈ ਬਿਕਰਮਜੀਤ ਸਿੰਘ ਨੂੰ ਵੀ ਫਾਇਦਾ ਹੈ ਔਰ ਉਹਦੇ ਨਾਲ ਅਕਾਲੀ ਦਲ ਔਰ ਭਾਜਪਾ ਮੁਕਾਬਲੇ ਚ ਆ ਸਕਦਾ ਹੈ ਅਗਰ ਗਠਜੋੜ ਕਰਦੇ ਨੇ ਜੇ ਗਠਜੋੜ ਨਹੀਂ ਕਰਦੇ ਤੇ ਫਿਰ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਗਠਜੋੜ 13 ਦੀਆਂ 13 ਸੀਟਾਂ ਪੰਜਾਬ ਦੀਆਂ ਲਿਜਾ ਸਕਦਾ ਬਿਲਕੁਲ ਸੋ ਜ਼ਰੂਰ ਹੈ ਕਿ ਇਹ ਸਾਰੇ ਮਸਲੇ ਦੇ ਵਿਚਾਰ ਜਿਹੜੀਆਂ ਸਿਆਸੀ ਸੰਭਾਵਨਾਵਾਂ ਨੇ ਬਹੁਤ ਜ਼ਿਆਦਾ ਤੇਜ਼ ਹੋ ਰਹੀਆਂ ਨੇ ਆਉਣ ਵਾਲੇ ਦਿਨਾਂ ਚ ਜਦੋਂ ਤੱਕ ਇਹ ਕੈਨੇਡਾ ਤੇ ਭਾਰਤ ਵਾਲਾ ਮਸਲਾ ਠੰਡਾ ਪੈਂਦਾ ਮੱਠਾ ਪੈਂਦਾ ਤੇ ਪੰਜਾਬ ਦੀ ਸਿਆਸਤ ਚ ਕੋਈ ਨਵਾਂ ਮਸਲਾ ਨਿਕਲਦਾ ਤੇ ਉਸ ਤੋਂ ਬਾਅਦ ਇਹ ਸਾਫ ਹੈ ਕਿ ਦਸੰਬਰ ਦੇ ਨੇੜੇ ਤੱਕ ਤੇੜੇ ਤੱਕ ਜਾਂਦੇ ਜਾਂਦੇ ਜਿਹੜੇ ਗੱਠ ਛੂੜਨੇ ਉਹ ਸਾਫ ਹੋ ਜਾਣਗੇ ਕਿ ਕਿਹੜਾ ਕਿਤੇ ਨਾਲ ਰਲ ਕੇ ਚੱਲੇਗਾ ਤੇ ਕਿਹੜਾ ਕਿਦੇ ਝੰਡੇ ਜਾਂ ਡੰਡੇ ਨੂੰ ਹੱਥ ਦੇ ਵਿੱਚ ਲੈ ਕੇ ਚੱਲੇਗਾ ਸਾਰੀਆਂ ਸਭ ਸੁਭਾਵਨਾ ਜਿਹੜੀਆਂ ਸਾਫ ਹੋ ਜਾਣਗੀਆਂ ਕੈਮਰਾਮੈਨ ਹਰੀਸ਼ ਦੇ ਨਾਲ ਮੈਂ ਗਗਨਦੀਪ ਸਿੰਘ ਚੰਡੀਕਰ